ਬਚਪਨ ਤਾਂ ਅਸੀਂ ਪੜ੍ਹਦੇ ਹੁੰਦੇ ਸੀ ਸਕੂਲਾਂ ਵਿੱਚ ਨਾਟਕ ਵਗੈਰਾ ਛੋਟੇ ਕਰਦੇ ਹੁੰਦੇ ਸੀ ਅਤੇ ਆਪਣੇ ਗੁਰੂ ਘਰ ਕੋਲ ਵਿਸ਼ਾਲ ਮਾਡਲ ਸਕੂਲ ਹੁੰਦਾ ਸੀ ਉਰਮਲਾ ਮੈਡਮ ਚਲਾਉਂਦੇ ਹੁੰਦੇ ਸੀ ਉਹਦੇ ਵਿੱਚ ਨਾਟਕ ਕਰਦੇ ਸੀ ਪਿੰਡ ਦੇ ਮੁੰਡਿਆਂ ਨੇ ਕਿਹਾ ਮੈਨੂੰ ਇੱਕ ਦਿਨ ਖੇਤ ਆ ਕੇ ਚਾਚਾ ਆਪਾਂ ਛੋਟੀਆਂ ਸ਼ਾਰਟ ਮੂਵੀਜ਼ ਕਰ ਲਈਏ ਅਤੇ ਉਹਨਾਂ ਨੂੰ ਦੇਖ ਕੇ ਕਰ ਲੈਣ ਲੱਗ ਗਏ ਫਿਰ ਪਿੰਡ ਦੇ ਲੋਕਾਂ ਨੂੰ ਤਾਂ ਬਹੁਤ ਵਧੀਆ ਰਿਸਪੋਂਸ ਆਈ ਸਾਨੂੰ ਪਿੰਡ ਦੇ ਲੋਕ ਬਹੁਤ ਪਸੰਦ ਕਰਦੇ ਆ ਜੀ ਸਾਨੂੰ ਮੱਥਾ ਕਾਨੂੰਨ ਦੇ ਨਾਲ ਨਹੀਂ ਦੁਸ਼ਮਣਾਂ ਦੇ ਨਾਲ ਲਾਈਦਾ ਜਗਿਆ ਸਾਡੇ ਚੈਨਲ ਨੂੰ ਦੇਖ ਕੇ ਤਾਂ ਜੀ ਹਰੇਕ ਤੁਹਾਨੂੰ ਗਲੀ ਦੇ ਵਿੱਚ ਹੀ ਕੈਮਰਾ ਮਿਲੂਗਾ ਸਬਜ਼ੀ ਵਾਲਾ ਵੀ ਵੇਖ ਕੇ ਚੱਲਦਾ ਵੀ ਇਸ ਗਲੀ 'ਚ ਵੀ ਕੈਮਰੇ ਆ ਅਤੇ ਇਸ ਗਲੀ 'ਚ ਵੀ ਕੈਮਰੇ ਆ ਸਾਡੇ ਯੋਗਰਾਜ ਜੀ ਗੱਡੀ ਚਲਾ ਰਹੇ ਆ ਬੈਠੇ ਆ ਉਹਨਾਂ ਦੇ ਪਿਆਰ ਨਾਲ ਹੀ ਕੰਮ ਚੱਲਣਾ ਜੀ ਜੇ ਉਹ ਪਿਆਰ ਦੇਣਗੇ ਤਾਂ ਅਸੀਂ ਵੀ ਸਾਡੇ 'ਚ ਵੀ ਹੌਸਲਾ ਵਧੂਗਾ ਵੀ ਹੋਰ ਬਣਾ ਕੇ ਇਹਨਾਂ ਨੂੰ ਪੇਸ਼ ਕਰੀਏ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਅਮਰਜੀਤ ਅਤੇ ਤੁਸੀਂ ਦੇਖ ਰਹੇ ਹੋ ਕਿੰਗ ਪੰਜਾਬੀ ਅਤੇ ਅੱਜ ਅਸੀਂ ਮਿਲਾਉਂਦੇ ਹਾਂ ਤੁਹਾਨੂੰ ਸ਼ੋਰਟ ਮੂਵੀ ਦੇ ਉੱਭਰਦੇ ਹੋਏ ਸਿਤਾਰਿਆਂ ਦੇ ਨਾਲ ਧਰਮਿੰਦਰ ਸਿੰਘ ਬਰਾੜ ਦੇ ਨਾਲ ਕਰਾਂਗੇ ਖਾਸ ਗੱਲਬਾਤ ਅਤੇ ਆਓ ਆਪਾਂ ਚੱਲਦੇ ਹਾਂ ਧਰਮਿੰਦਰ ਸਿੰਘ ਬਰਾੜ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਅਤੇ ਅਸੀਂ ਤੁਹਾਡੀਆਂ ਮੂਵੀਜ਼ ਵਗੈਰਾ ਦੇਖਦੇ ਹਾਂ ਸ਼ੋਰਟ ਮੂਵੀ ਆਈਆਂ ਹੈ ਨਾ ਅਤੇ ਉਹਨਾਂ ਦਾ ਰੁਝਾਨ ਤੁਹਾਨੂੰ ਕਿਵੇਂ ਪਿਆ ਇਹਦੇ ਬਾਰੇ ਚਾਨਣਾ ਪਾਓ ਬਚਪਨ ਤੋਂ ਸੀ ਜਾਂ ਹੁਣ ਆ ਕੇ ਨਹੀਂ ਜੀ ਬਚਪਨ ਤਾਂ ਅਸੀਂ ਪੜ੍ਹਦੇ ਹੁੰਦੇ ਸੀ ਸਕੂਲਾਂ ਵਿੱਚ ਨਾਟਕ ਵਗੈਰਾ ਛੋਟੇ ਕਰਦੇ ਹੁੰਦੇ ਸੀ ਅਤੇ ਆਪਣੇ ਗੁਰੂ ਘਰ ਕੋਲ ਵਿਸ਼ਾਲ ਮਾਡਲ ਸਕੂਲ ਹੁੰਦਾ ਸੀ ਉਰਮਲਾ ਮੈਡਮ ਚਲਾਉਂਦੇ ਹੁੰਦੇ ਸੀ ਉਹਦੇ ਵਿੱਚ ਨਾਟਕ ਕਰਦੇ ਸੀ ਅਤੇ ਬਚਪਨ ਤਾਂ ਕੋਈ ਇੰਨਾ ਖਾਸ ਸ਼ੌਂਕ ਨਹੀਂ ਸੀਗਾ ਬਾਅਦ 'ਚ ਜਦੋਂ ਪੜ੍ਹਾਈ ਪੂਰੀ ਕਰਕੇ ਹਟੇ ਅਤੇ ਬਾਅਦ 'ਚ ਸਾਡੇ ਪਿੰਡ ਦੇ ਮੁੰਡਿਆਂ ਨੇ ਕਿਹਾ ਮੈਨੂੰ ਇੱਕ ਦਿਨ ਖੇਤ ਆ ਕੇ ਚਾਚਾ ਆਪਾਂ ਛੋਟੀਆਂ ਸ਼ਾਰਟ ਮੂਵੀਜ਼ ਕਰ ਲਈਏ ਅਤੇ ਉਹਨਾਂ ਨੂੰ ਦੇਖ ਕੇ ਕਰ ਲੈਣ ਲੱਗ ਗਏ ਫਿਰ ਅਤੇ ਬਸ ਐਂ ਅਤੇ ਨਹੀਂ ਪੜ੍ਹਾਈ ਕਿੱਥੋਂ ਤੀਕਰ ਕੀਤੀ ਹੈ ਤੁਸੀਂ ਪੜ੍ਹਾਈ ਤਾਂ ਮੈਂ ਅੰਡਰ ਮੈਟ੍ਰਿਕ ਹੀ ਹਾਂ ਜਿੱਦਾਂ ਤੁਹਾਨੂੰ ਹੁਣ ਵੀ ਐਵੇਂ ਹਸਾਉਂਦੇ ਜੇ ਰਹਿੰਦੇ ਹੋ ਹੈ ਨਾ ਮਖੌਲੀਆ ਸੁਭਾਅ ਅਤੇ ਬਚਪਨ 'ਚ ਵੀ ਇੱਦਾਂ ਹੀ ਹੁੰਦਾ ਸੀ ਸਕੂਲ ਦੇ ਪੜ੍ਹਦੇ ਟਾਈਮ ਵੀ ਇੱਦਾਂ ਹੀ ਬੱਚਿਆਂ ਨਾਲ ਤੁਹਾਡਾ ਹਾਂ ਇਹ ਮੈਨੂੰ ਸ਼ੁਰੂ ਤੋਂ ਹੀ ਆ ਸ਼ੁਰੂ ਤੋਂ ਹੀ ਆ ਹਾਂ ਅਤੇ ਲੋਕ ਤੁਹਾਨੂੰ ਧਰਮਿੰਦਰ ਧਰਮਿੰਦਰ ਤਾਂ ਤੁਹਾਡਾ ਨਾਮ ਹੀ ਹੈ ਵੈਸੇ ਵੀ ਧਰਮਿੰਦਰ ਗੱਗੂ ਗੱਲ ਵਗੈਰਾ ਕਹਿੰਦੇ ਆ ਤੁਹਾਨੂੰ ਕਿੰਨਾ ਕੁ ਪਿਆਰ ਮਿਲਦਾ ਲੋਕਾਂ ਦਾ ਅਤੇ ਲੋਕ ਕੀ ਰਿਸਪੋਂਸ ਆ ਪਿੰਡ ਦੇ ਲੋਕਾਂ ਦਾ ਬਹੁਤ ਵਧੀਆ ਜੀ ਪਿੰਡ ਦੇ ਲੋਕਾਂ ਨੂੰ ਤਾਂ ਬਹੁਤ ਵਧੀਆ ਰਿਸਪੋਂਸ ਆਈ ਸਾਨੂੰ ਪਿੰਡ ਦੇ ਲੋਕ ਬਹੁਤ ਪਸੰਦ ਕਰਦੇ ਆ ਜੀ ਸਾਨੂੰ ਅਤੇ ਜਦੋਂ ਤੁਹਾਡੀ ਪਹਿਲੀ ਫਿਲਮ ਸ਼ੋਰਟ ਮੂਵੀ ਆਈ ਸੀ ਤਾਂ ਪਿੰਡ ਦੇ ਲੋਕਾਂ ਨੇ ਕਿੰਨਾ ਕੁ ਤੁਹਾਨੂੰ ਪਿਆਰ ਦਿੱਤਾ ਜੀ ਬਹੁਤ ਜ਼ਿਆਦਾ ਜੀ ਪਿੰਡ ਦੇ ਲੋਕਾਂ ਨੇ ਤਾਂ ਬਹੁਤ ਵਧੀਆ ਆਉਂਦੇ ਬਹੁਤ ਵਧੀਆ ਕੰਮ ਤੁਹਾਡਾ ਅਤੇ ਜੇ ਅੱਗੇ ਵੀ ਇੱਦਾਂ ਦੀਆਂ ਸ਼ੋਰਟ ਮੂਵੀਆਂ ਬਣਦੀਆਂ ਤਾਂ ਤੁਸੀਂ ਰੋਲ ਕਰੋਗੇ ਉਹਨਾਂ ਦੇ ਵਿੱਚ ਜ਼ਰੂਰ ਜੀ ਜ਼ਰੂਰ ਲੋਕ ਪਸੰਦ ਕਰਨਗੇ ਤਾਂ ਜ਼ਰੂਰ ਕਰਾਂਗੇ ਅਤੇ ਤੁਹਾਡੇ ਪਿੰਡ ਦਾ ਹੁਣ ਮਾਹੌਲ ਕੀ ਹੈ ਕਿੰਨੇ ਕੁ ਮੁੰਡੇ ਆ ਜਿਹੜੇ ਇੱਧਰ ਫਿਲਮਾਂ ਵੱਲ ਚੱਲ ਰਹੇ ਆ ਇਹ ਸਾਡੇ ਚੈਨਲ ਨੂੰ ਦੇਖ ਕੇ ਤਾਂ ਜੀ ਹਰੇਕ ਤੁਹਾਨੂੰ ਗਲੀ ਦੇ ਵਿੱਚ ਹੀ ਕੈਮਰਾ ਮਿਲੂਗਾ ਸਬਜ਼ੀ ਵਾਲਾ ਵੀ ਵੇਖ ਕੇ ਚੱਲਦਾ ਵੀ ਇਸ ਗਲੀ 'ਚ ਵੀ ਕੈਮਰੇ ਆ ਅਤੇ ਇਸ ਗਲੀ 'ਚ ਵੀ ਕੈਮਰੇ ਆ ਅਤੇ ਇੱਕ ਹੋਰ ਗੱਲ ਦੇਖਿਆ ਜਾਵੇ ਜਿਵੇਂ ਲੋਕ ਟਿੱਚਰਾਂ ਕਰਦੇ ਆ ਕਿਹੜੇ ਕੰਮਾਂ 'ਚ ਪੈ ਗਏ ਇੱਦਾਂ ਦੇ ਕੋਈ ਤੁਹਾਨੂੰ ਸਵਾਲ ਕੁਝ ਕੁ ਲੋਕ ਹੁੰਦੇ ਆ ਜੋ ਇਹਨਾਂ ਚੀਜ਼ਾਂ ਨੂੰ ਨਹੀਂ ਚੰਗਾ ਮੰਨਦੇ ਵੀ ਇਹ ਕਿਹਦੇ ਕਿੱਤਿਆਂ 'ਚ ਪੈ ਗਏ ਇੱਕ ਦੋ ਜਣੇ ਪਿੰਡ 'ਚ ਤਾਂ ਹੁੰਦੇ ਹੀ ਆ ਵੈਸੇ ਹਰੇਕ ਪਿੰਡ 'ਚ ਹੀ ਹੁੰਦੇ ਇੱਕ ਦੋ ਜਣੇ ਤਾਂ ਮੈਨੂੰ ਵੈਸੇ ਬਹੁਤ ਰਿਸਪੋਂਸ ਆ ਲੋਕਾਂ ਦਾ ਸਾਨੂੰ ਬਹੁਤ ਵਧੀਆ ਕੰਮ ਚੱਲ ਰਿਹਾ ਅਤੇ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਅਤੇ ਪਿੰਡ ਵਾਲਿਆਂ ਨੂੰ ਕੀ ਸੁਨੇਹਾ ਜਾਣਾ ਚਾਹੁੰਦੇ ਹੋ ਬਸ ਸੁਨੇਹਾ ਇਹ ਆ ਜੀ ਚੰਗੇ ਕੰਮਾਂ 'ਤੇ ਲੱਗੋ ਮਾੜੇ ਕੰਮ ਬੰਦੇ ਨੂੰ ਛੱਡਣੇ ਚਾਹੀਦੇ ਆ ਠੀਕ ਅਤੇ ਵੱਧ ਤੋਂ ਵੱਧ ਸਾਡੀਆਂ ਫਿਲਮਾਂ ਨੂੰ ਪਿਆਰ ਕਰਿਆ ਕਰੋ ਹੈ ਨਾ ਜੀ ਬਸ ਉਹਨਾਂ ਦੇ ਪਿਆਰ ਨਾਲ ਹੀ ਕੰਮ ਚੱਲਣਾ ਜੀ ਜੇ ਉਹ ਪਿਆਰ ਦੇਣਗੇ ਤਾਂ ਅਸੀਂ ਵੀ ਸਾਡੇ 'ਚ ਵੀ ਹੌਸਲਾ ਵਧੂਗਾ ਵੀ ਹੋਰ ਬਣਾ ਕੇ ਇਹਨਾਂ ਨੂੰ ਪੇਸ਼ ਕਰੀਏ ਇੱਕ ਗੱਲ ਦੇਖੀ ਜਾਵੇ ਤਾਂ ਜੋ ਵੀ ਸਟਾਰ ਬਣੇ ਅੱਜ ਤੀਕਰ ਉਹ ਛੋਟੇ ਗਰਾਊਂਡ ਲੈਵਲ ਤੋਂ ਉੱਠ ਕੇ ਬਣੇ ਆ ਹੌਲੀ ਹੌਲੀ ਸੰਘਰਸ਼ ਕਰਨਾ ਚਾਹੀਦਾ ਕਿਸਮਤ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਵੇ ਹੈ ਨਾ ਹਾਂ ਚਾਹੀਦਾ ਤਾਂ ਐਵੇਂ ਹੀ ਆ ਬਣੇ ਤਾਂ ਸਭ ਹੀ ਇਹ ਪਿੰਡਾਂ 'ਚੋਂ ਉੱਠ ਕੇ ਹੀ ਆ ਗਲੀਆਂ 'ਚੋਂ ਇਹਨਾਂ ਗਲੀਆਂ 'ਚੋਂ ਗਏ ਆ ਸਾਰੇ ਸੁਪਰ ਸਟਾਰ ਵੀ ਇਹਨਾਂ ਪਿੰਡਾਂ ਦੀਆਂ ਗਲੀਆਂ 'ਚੋਂ ਗਏ ਅਤੇ ਨਾਲੇ ਹੋਰ ਗੱਲ ਦੇਖੀ ਜਾਵੇ ਜਿਵੇਂ ਗੁਰਦਾਸ ਮਾਨ ਹੋ ਗਿਆ ਅਤੇ ਮੇਲ ਮਿੱਤਰ ਹੋ ਗਿਆ ਅਤੇ ਜਾਨੀ ਬਾਈ ਹੋ ਗਿਆ ਉਹ ਗਿੱਦੜਵੇ ਧਰਤੀ ਦਾ ਆਪਣੇ ਲਾਗੇ ਹੈ ਨਾ ਉੱਥੋਂ ਪੈਦਾ ਹੋਇਆ ਅੱਜ ਕਿੰਨੇ ਦੁਨੀਆ ਦੇ ਵਿੱਚ ਨਾਮ ਬਣਾਇਆ ਗਾ ਅਤੇ ਜੇ ਮੂਸੇਵਾਲ ਦੀ ਗੱਲ ਕਰੀਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਵੀ ਗਰਾਊਂਡ ਲੈ ਟਿੱਬਿਆਂ ਦੇ ਵਿੱਚ ਉੱਠਿਆ ਹੋਇਆ ਸੀ ਹਾਂਜੀ ਹਾਂਜੀ ਉਹ ਵੀ ਜਮ੍ਹਾਂ ਟਿੱਬਿਆਂ ਦੇ ਵਿੱਚੋਂ ਉੱਠਿਆ ਹੋਇਆ ਸੀ ਇੱਕ ਛੋਟੇ ਪਰਿਵਾਰ ਦਾ ਬੱਚਾ ਸੀ ਅਤੇ ਕਿੰਨੀ ਤਰੱਕੀ ਕਰੀ ਬੰਦੇ ਨੇ ਆਪਦਾ ਨਾਂ ਚਮਕਾ ਤਾ ਅਜੇ ਵੀ ਲੋਕ ਉਹਨੂੰ ਪੂਰਾ ਯਾਦ ਕਰਦੇ ਅਤੇ ਅੱਜ ਉਹਨੇ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਕਾਇਮ ਕਰ ਦਿੱਤਾ ਪੂਰੇ ਪੰਜਾਬ ਦਾ ਠੀਕ ਹੈ ਜੀ ਇਹ ਸਾਡੇ ਸ਼ੋਰਟ ਮੂਵੀ ਦੇ ਸਟਾਰ ਧਰਮਿੰਦਰ ਸਿੰਘ ਧੰਨਵਾਦ